ਜਿਨ੍ਹਾਂ ਨੂੰ ਆਪਣੀ ਰੂਹ ਚ ਰੰਗਿਆ ਅੱਖਰ ਅੱਖਰ ਗੁਰੂ ਅੰਗਦ ਸੰਗਤਾਂ ਵਿੱਚ ਵੜਿਆ। ਪਾਤਸ਼ਾਹੀ ਤੀਸਰੀ ਸੇਵਾ ਦੇ ਪੁੰਜ ਗੁਰੂ ਅਮਰਦਾਸ ਸੰਨ 73 ਬਰਸ ਦੇ ਜਦ ਪਾਈ ਗੁਰਿਆਈ ਦੀ ਦਾ 22 ਮੰਜੀਆਂ ਥਾਪੀਆਂ ਗੁਰਮਤ ਨੂੰ ਪ੍ਰਸਾਰਨ ਲਈ ਬਹੁਤ ਦਿੱਤੀ ਪ੍ਰੇਰਣਾ ਨਾਰੀ ਨੂੰ ਉਚਾਰਨ ਲਈ ਬੌਲੀ ਸਾਹਿਬ ਸਾਰਿਆਂ ਲਈ ਜਲ ਦਾ ਪਾਵਨ ਸਰੋਤ ਹੈ ਗੁਰੂ ਕਾ ਲੰਗਰ ਸਭਦਾ ਹੈ ਕੋਈ ਧਰਮ ਜਾਤ ਜਾਂ ਗੋਤ ਹੈ ਇਹ ਨਹੀਂ ਕੇਵਲ ਵਸੀਲਾ ਭੁੱਖ ਦੇ ਪਿਆਸ ਮਿਟਾਉਣ ਦਾ ਜਸ਼ਨ ਹੈ ਇਨਸਾਨੀਅਤ ਦੀ ਊਚ ਨੀਚ ਮਿਟਾਉਣ ਦਾ ਦਾਲ ਖਰਵਾਇਆ ਵਸਾਇਆ ਚੱਕ ਸਤਿਗੁਰੂ ਰਾਮਦਾਸ ਕਿੰਨੇ ਕਿਰਤੀ ਤੇ ਵਪਾਰੀ ਸਦ ਵਸਾਏ ਆਪਣੇ ਪਾਸ ਰਚੀਤੀ ਰਾਗਾਂ ਦੇ ਵਿੱਚ ਬਾਣੀ ਸ਼੍ਰੀ ਗੁਰੂ ਰਾਮਦਾਸ ਕੀਰਤਨ ਕਰਦੇ ਅਮਿਟਦੀ ਤਪਦੀਆਂ ਰੂਹਾਂ ਦੀ ਪਿਆਸ
ਦਸਮ ਪਾਤਸ਼ਾਹ ਸੁੱਤੇ ਹੋਏ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੇ ਮੁਖੜਿਆਂ ਨੂੰ ਨਿਹਾਲ ਹੈ। ਕੱਲ੍ਹ ਨੂੰ ਹੋਣ ਵਾਲੀ ਜੰਗ ਵਿੱਚ ਇਹਨਾਂ ਇਕੱਲੇ ਇਕੱਲੇ ਨੇ ਬੇਸ਼ੁਮਾਰ ਫੌਜਾਂ ਸੰਗ ਜੂਝ ਕੇ ਸ਼ਹੀਦ ਹੋਣਾ ਹੈ। ਕੱਲ੍ਹ ਰਾਤ ਨੂੰ ਇਹ ਸਾਰੇ ਸੋਹਣੇ ਮੁਖੜੇ ਅਨੰਤ ਨੀਂਦ ਸੁੱਤੇ ਹੋਣਗੇ। ਦਸਮ ਪਾਤਸ਼ਾਹ ਆਪਣੇ ਇਕੱਲੇ ਇਕੱਲੇ ਸਿੱਖ ਦੇ ਸਿਦਕ ਅਤੇ ਦਲੇਰੀ ਦੇ ਸਾਥੀ ਜਾਂਦੇ ਹਨ। ਦਸਮ ਪਿਤਾ ਬੋਲੇ, ਮੇਰਾ ਖਾਲਸਾ ਹੀ ਮੇਰੀ ਨਿਸ਼ਾਨੀ ਹੈ, ਤੁਸੀਂ ਸਾਰੇ ਮੇਰੇ ਪੁੱਤਰ ਹੀ ਤਾਂ ਹੋ। ਇਹ ਵਾਕ ਕਹਿ ਕੇ ਜੁਝਾਰ ਨੂੰ ਆਪਣੀ ਖਸਾਰ ਬਖਸ਼ੀ ਤੇ ਅਸੀਸ ਦਿੱਤੀ।
ਜ਼ਿਆਦਾ ਜੁਝਾਰ ਸੀ ਵੱਡੇ ਵੀਰਵਾਨ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਜੰਗ ਵਿੱਚ ਸ਼ਾਮਿਲ ਹੋਏ। ਜੋ ਵੀ ਅੱਲਾ ਯਾਰ ਖਾਨ ਲਿਖਦਾ ਹੈ कसम है जितनी भी हो गोविंद की वो तारीफ कम है। हर चंद मेरे हाथ में पुरजोर कलम है, सतगुरु के लिखूं वसफ ਬਾਦਸ਼ਾਹ ਦੇ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਤਮ ਸਿੰਘ, ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਵੀ ਇੱਥੇ ਹੀ ਸ਼ਹੀਦ ਹੋਏ। ਭਾਈ ਮਨੀ ਸਿੰਘ ਦੇ ਭਰਾ ਭਾਈ ਦਾਨਾ ਸਿੰਘ ਅਤੇ ਤਿੰਨ ਸਪੁੱਤਰ ਅਮਰ ਸਿੰਘ, ਅਜਬ ਸਿੰਘ ਤੇ ਅਜਾਇਬ ਸਿੰਘ, ਬਾਦਸ਼ਾਹ ਨੂੰ ਸੰਸਕ੍ਰਿਤ ਸਿਖਾਉਣ ਵਾਲੇ ਕਸ਼ਮੀਰੀ ਪੰਡਿਤ ਭਾਈ ਕਿਰਪਾਰਾਮ, ਜੋ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣੇ ਅਤੇ ਉਹਨਾਂ ਦੇ ਭਾਈ ਸਨਮੁਖ ਸਿੰਘ ਇੱਥੇ ਹੀ ਸ਼ਹੀਦ ਹੋਏ। ਡੂੰਘੀ ਸ਼ਾਮ ਵੇਲੇ ਗਲੀ ਦੇ ਬਾਹਰ 40 ਸਿੰਘਾਂ ਤੇ 2 ਸਾਹਿਬਜ਼ਾਦਿਆਂ ਦੀਆਂ ਪਾਵਨ ਦੇਹਾਂ ਜੰਗ ਦੇ ਮੈਦਾਨ ਵਿੱਚ ਪਈਆਂ ਸਨ। ਉਸ ਵੇਲੇ ਗਲੀ ਦੇ ਅੰਦਰ ਸਿਰਫ 5 ਸਿੰਘ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸੰਤ ਸਿੰਘ, ਭਾਈ ਮਾਨ ਸਿੰਘ ਤੇ ਭਾਈ ਸੰਗਤ ਸਿੰਘ। ਉਹਨਾਂ ਸਭਨਾਂ ਦੇ ਮਨ ਵਿੱਚ ਇਸ ਗੱਲ ਦਾ ਗਹਿਰਾ ਅਹਿਸਾਸ ਸੀ ਕਿ ਖਾਲਸਾ ਪੰਥ ਨੂੰ ਇਹਨਾਂ ਕਠਿਨ ਸਮਿਆਂ ਵਿੱਚ ਦਸਮ ਪਾਤਸ਼ਾਹ ਜੀ ਦੀ ਮੌਜੂਦਗੀ ਬੇਹੱਦ ਜ਼ਰੂਰਤ ਹੈ। ਕੋਈ ਵੀ ਢੰਗ ਵਰਤ ਕੇ ਅਸੀਂ ਦਸਮ ਪਾਤਸ਼ਾਹ ਨੂੰ ਜ਼ਰੂਰ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਬਾਹਰ ਲੈ ਕੇ ਜਾਣਾ ਹੈ। ਉਹਨਾਂ ਨੇ ਆਪਣੀ ਸੁਹਿਰਦ ਭਾਵਨਾ ਪ੍ਰਗਟ ਕੀਤੀ। ਪਰ ਦਸਮ ਪਾਤਸ਼ਾਹ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਸਿੰਘ ਨਿਰਾਸ਼ ਮੁੜਾਏ। ਭਾਈ ਦਇਆ ਸਿੰਘ ਕਹਿਣ ਲੱਗੇ, ਸਤਿਗੁਰਾਂ ਨੇ ਸਾਡੀ ਬੇਨਤੀ ਪ੍ਰਵਾਨ ਨਹੀਂ ਕੀਤੀ, ਪਰ ਅਸੀਂ ਗੁਰਮਤਾ ਕਰਕੇ ਸਤਿਗੁਰਾਂ ਨੂੰ ਹੁਕਮ ਵੀ ਤਾਂ ਕਰ ਸਕਦੇ ਹਾਂ। ਸਤਿਗੁਰੂ ਗੁਰਮਤੇ ਨੂੰ ਅਪ੍ਰਵਾਨ ਨਹੀਂ ਕਰ ਸਕਦੇ ਤੇ ਸਤਿਗੁਰਾਂ ਨੇ ਆਪਣੇ ਪਿਆਰੇ ਸਿੰਘਾਂ ਦਾ ਹੁਕਮਨਾਮਾ ਪ੍ਰਵਾਨ ਕੀਤਾ। ਦਸਮ ਪਿਤਾ ਦੀ ਨੁਹਾਰ ਨਾਲ ਮਿਲਦੀ ਨੁਹਾਰ ਵਾਲੇ ਭਾਈ ਸੰਗਤ ਸਿੰਘ ਨੂੰ ਗੁਰਾਂ ਦੀ ਤਲਗੀ ਪਹਿਨਾਈ ਗਈ। ਇਹਨਾਂ ਦੇ ਸਾਰੇ ਪਰਿਵਾਰ ਦਾ ਦਸਮ ਪਾਤਸ਼ਾਹ ਨਾਲ ਬਹੁਤ ਪਿਆਰ ਸੀ। ਉਸ ਦੇ ਸੀਸ ਤੇ ਦਸਮ ਪਿਤਾ ਦੀ ਕਲਗੀ ਸਜਾਉਣ ਦਾ ਮੰਜ਼ਰ ਬਹੁਤ ਕੁਝ ਕਹਿ ਰਿਹਾ ਸੀ।
नजराना तेरा। भाई संगत सिंह ते भाई संत सिंह होरां नूं गली विच छड़ के रात दे दूजे पहर दसम पातशाह अते तिन सिंह गली विच जाण लई तैयार होए। ਵਿਸ਼ਾਲ ਜੀ ਤੀਰਾਂ ਨਾਲ ਵਿੰਨੀ ਗਏ। ਤਿੰਨੇ ਸਿੰਘਾਂ ਨੇ ਫੌਜਾਂ ਦੇ ਵਿਚਕਾਰ ਆ ਕੇ ਉੱਚੀ ਆਵਾਜ਼ ਵਿੱਚ ਕਿਹਾ, ਹਿੰਦ ਦਾ ਪੀਰ ਚੱਲਿਆ ਜੇ। ਫੌਜਾਂ ਵਿੱਚ ਆਂਗਲੀ ਹਫੜਾ ਤਪੜੀ ਮੱਚ ਗਈ। ਕਿਸੇ ਨੂੰ ਕੁਝ ਪਤਾ ਨਾ ਲੱਗਿਆ ਤੇ ਤਿੰਨੇ ਸਿੰਘ ਅਤੇ ਦਸਮ ਪਾਤਸ਼ਾਹ ਅਲੱਗ ਅਲੱਗ ਦਿਸ਼ਾਵਾਂ ਵਿੱਚ ਚਲੇ ਗਏ। ਦੂਜੀ ਸਵੇਰ ਭਾਈ ਸੰਤ ਸਿੰਘ ਗਲੀ ਤੋਂ ਬਾਹਰ ਜੂਝਣ ਲਈ ਆਏ। ਆਪਣੀ ਰੋਸ਼ਨ ਕਲਮ ਨਾਲ ਸਿੰਘਾਂ ਲਈ ਕਰਬਲਾ ਅਤੇ ਸਾਰੇ ਹਿੰਦੁਸਤਾਨ ਲਈ ਇੱਕ ਲਾਸਾਨੀ ਤੀਰਥ ਅਸਥਾਨ ਦਾ ਰੁਤਬਾ ਦਿੰਦਾ ਹੋਇਆ ਅਕੀਦਤ ਅਤੇ ਪ੍ਰੇਮ ਭਰਿਆ ਸਜਦਾ ਕਰਦਾ ਹੈ। ਅੱਖਾਂ ਵਿੱਚ ਰੱਤ ਰੰਗੇ ਹੰਝੂ ਸਮੋ ਕੇ ਬੰਦਾ ਸਿੰਘ ਬਹਾਦਰ ਨੇ ਉਦਾਸੀ ਵਿੱਚ ਡੁੱਬੇ ਆਪਣੇ ਸੰਗੀਆਂ ਨੂੰ ਸੰਬੋਧਨ ਕਰਦਿਆਂ ਆਖਿਆ, ਪਿਆਰੇ ਖਾਲਸਾ ਜੀ, ਇਹ ਸੱਜਣਾ ਤੇ ਗਹਿਰਾ ਜ਼ਖਮ ਜੋ ਸਾਡੀਆਂ ਰੂਹਾਂ ਨੂੰ ਦਿੱਤਾ ਉਹ ਨਹੀਂ ਜਾਣਦਾ। ਇਹ ਸਾਡੀਆਂ ਤੇਗਾਂ ਦੀਆਂ ਧਾਰਾਂ ਨੂੰ ਤੇ ਸਾਡੇ ਤੀਰਾਂ ਦੀਆਂ ਅਣੀਆਂ ਨੂੰ ਹੋਰ ਤਿੱਖੀਆਂ ਕਰ ਦੇਵੇਗਾ।
ਨਹੀਂ ਜਾਂਦਾ। ਦਸਮ ਪਿਤਾ ਤੇ ਮਾਤਾ ਸਾਹਿਬ ਕੌਰ ਦੇ ਪਿਆਰੇ ਪੁੱਤਰੋ, ਆਪਾਂ ਸਾਰੇ ਰੂਹ ਦੀਆਂ ਗਹਿਰਾਈਆਂ ਵਿੱਚ ਜਾਣਦੇ ਹਾਂ ਕਿ ਦਸਮ ਪਾਤਸ਼ਾਹ ਸਾਥੋਂ ਦੂਰ ਨਹੀਂ ਗਏ। ਉਹ ਇੱਕ ਪ੍ਰੇਮ ਭਰੀ ਔਰਤ ਬਣ ਕੇ, ਇੱਕ ਅਦੁੱਤੀ ਇਲਾਹੀ ਸ਼ਕਤੀ ਬਣ ਕੇ ਸਾਡੇ ਅੰਦਰ ਸਮਾਏ ਹੋਏ ਹਨ। ਤੇ ਉਹ ਦਿਨ ਬਹੁਤ ਕਰੀਬ ਹੈ ਜਦੋਂ ਇਹ ਜ਼ੁਲਮ ਦੇ ਕੂੜ ਕਿਲੇ ਸਾਡੇ ਰੋਹ ਤੇ ਸਦਕ ਦੇ ਸਾਹਮਣੇ ਥਰ ਥਰ ਕੰਬਦੇ ਪੈਰ ਤੇਰੀ ਹੋ ਜਾਣਗੇ। ਤੇ ਤਖਤੋਂ ਲੱਥੇ ਹੈਂਸਿਆਰੇ ਹਾਕਮਾਂ ਦੀਆਂ ਦੇਹਾਂ ਗਲੀਆਂ ਵਿੱਚ ਲੁੜਨਗੀਆਂ। ਬੰਦਾ ਸਿੰਘ ਬਹਾਦਰ ਪੰਜਾਬ ਦੇ ਦ੍ਰਿਸ਼ ਤੇ ਉਭਰਿਆ। ਕੰਮੀ ਵਾਹੀਕਾਰ ਕਿਰਤੀ ਹੁੰਮ ਹੁਮਾ ਕੇ ਬੰਦੇ ਦੀ ਕਮਾਨ ਹੇਠ ਇਕੱਠੇ ਹੋਣ ਲੱਗੇ। ਲੋਕ ਤਾਂ ਜਿਵੇਂ ਕਿਸੇ ਇਹੋ ਜਿਹੇ ਪਲ ਨੂੰ ਉਡੀਕ ਹੀ ਰਹੇ ਸਨ। ਉਹਨਾਂ ਦੀਆਂ ਹਾਵਾਂ ਤੇ ਹੋ ਕੇ ਚੱਖੜ ਬਣ ਕੇ ਸਰਹੰਦ ਉੱਤੇ ਝੁਲਣ ਨੂੰ ਪਿਹਬਲ ਸਨ। ਪਰ ਬੰਦਾ ਸਿੰਘ ਬਹਾਦਰ ਸਰਹੰਦ ਉੱਤੇ ਹਮਲਾ ਕਰਨ ਤੋਂ ਪਹਿਲਾਂ ਖਾਲਸਾ ਫੌਜ ਨੂੰ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਤੇ ਆਸ ਪਾਸ ਦੇ ਮੁਢਲੀਆਂ ਸ਼ਕਤੀ ਦੇ ਕੇਂਦਰਾਂ ਨੂੰ ਮਲੀਆਮੇਟ ਕਰਨਾ ਚਾਹੁੰਦਾ ਸੀ। ਇਸ ਲਈ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਸੋਨੀਪਤ ਵਿੱਚ ਦਾਖਲ ਹੋਇਆ। ਸ਼ਾਹੀ ਖਜ਼ਾਨਾ, ਤੋਸ਼ਾਖਾਨਾ, ਵੱਡੇ ਮਾਇਆਧਾਰੀ ਅਮੀਰਾਂ ਜਾਗੀਰਦਾਰਾਂ ਦੀਆਂ ਹਵੇਲੀਆਂ ਅਤੇ ਅਸਲਾ ਲੁੱਟ ਕੇ ਸਾਰਾ ਮਾਲ ਅਤੇ ਹਥਿਆਰ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਬੰਦੇ ਦੀ ਕਮਾਨ ਹੇਠ ਲੜਨ ਵਾਲੇ ਯੋਧਿਆਂ ਦੀ ਗਿਣਤੀ ਦਿਨ ਬ ਦਿਨ ਵਧਣ ਲੱਗੀ। ਉਹ ਜਿਸ ਇਲਾਕੇ ਵਿੱਚੋਂ ਲੰਘਦਾ ਉੱਥੋਂ ਦੇ ਅਣਖੀਲੇ ਜਣੇ ਆਪਣੇ ਦੇਸੀ ਹਥਿਆਰ, ਪਰਚੇ, ਛਵੀਆਂ, ਗੇਤੀਆਂ, ਟਕੂਏ, ਕਿਰਪਾਨਾਂ ਉਠਾ ਕੇ ਉਸ ਨਾਲ ਫੌਜ ਬਣ ਕੇ ਤੁਰ ਪੈਂਦੇ। ਸੋਨੀਪਤ, ਕੁੜਾਮ, ਖਸਕੇ, ਮੁਸਤਫਾਬਾਦ ਅਤੇ ਕਬੂਲੀ ਖਾਲਸੇ ਨੇ ਛੋਟੀ ਵੱਡੀ ਚੜ੍ਹ ਜਾਂ ਚੜ੍ਹਨ ਤੋਂ ਬਿਨਾਂ ਹੀ ਫਤਿਹ ਕਰ ਲਏ ਤੇ ਸਮਾਣੇ ਵੱਲ ਮੁਹਾਰਾ ਮੋੜੀ, ਜਿੱਥੇ ਵੱਡੇ ਮਲਾਓ ਅਤੇ ਜਾਗੀਰਦਾਰ ਰਹਿੰਦੇ ਸਨ ਅਤੇ ਉਹ ਜਲਾਦ ਜਲਾਲ ਉਦੀਨ ਵੀ ਇੱਥੋਂ ਦਾ ਹੀ ਬਸਿੰਦਾ ਸੀ। ਸਮਾਣੇ ਤੋਂ ਬਾਅਦ ਸਡੌਰੇ ਦਾ ਰੁੱਖ ਕੀਤਾ। ਇੱਥੋਂ ਦੇ ਜਾਗੀਰਦਾਰ ਉਸਮਾਨ ਖਾਨ ਨੂੰ ਉਸ ਦੀ ਕਰਨੀ ਦੀ ਸਜ਼ਾ ਦਿੱਤੀ, ਜਿਸ ਨੇ ਪੀਰ ਬੁੱਧੂ ਸ਼ਾਹ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਤੇ ਹੁਣ ਸਰਹੰਦ ਨੂੰ ਵਾਰਿਸ ਸਰਹੰਦ ਨੂੰ ਪੰਜਾਬ ਵਿੱਚ ਲਾਹੌਰ ਤੋਂ ਬਾਅਦ ਦੂਜਾ ਸੂਬਾ ਸੀ, ਜਿੱਥੇ ਵੱਡੇ ਵੱਡੇ ਰਾਜ, ਸ਼ਾਹੂਕਾਰ, ਅਮੀਰ ਵਜ਼ੀਰ, ਦੀਵਾਨ ਅਤੇ ਹੋਰ ਅਹਿਲਕਾਰ ਰਹਿੰਦੇ ਸਨ। ਇਸ ਨੂੰ ਹਿੰਦੁਸਤਾਨ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਸੀ। ਸਭ ਸੁਹਿਰਦ ਲੋਕਾਂ, ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ਦਿਲਾਂ ਵਿੱਚ ਸੂਬਾ ਸਰਹੰਦ ਵਜ਼ੀਰ ਖਾਨ ਅਤਿਆਚਾਰਾਂ ਦਾ ਚੇਤਾ ਬਹੁਤ ਦੁੱਖ ਅਤੇ ਰੋਹ ਭਰਿਆ ਸੀ। ਗੁਰਗਈ ਦਾ ਵੱਡਾ ਤਬਕਾ ਉਸ ਵੇਲੇ ਬੰਦਾ ਸਿੰਘ ਬਹਾਦਰ ਨੂੰ ਇੱਕ ਮਹਾਨਾਇਕ ਵਾਂਗ ਦੇਖ ਰਿਹਾ ਸੀ। ਉਹਦੇ ਨਾਲ ਵੱਡੇ ਸੈਨਿਕ ਯੋਧੇ ਅਤੇ ਲੜਾਕੂ ਫੌਜ ਜਮ੍ਹਾਂ ਹੋ ਗਈ ਸੀ। ਸਰਹੰਦ ਵੱਲੋਂ ਆ ਰਹੇ ਇਸ ਰੋਹ ਭਰੇ ਦਰਿਆਨ ਵਜ਼ੀਰ ਖਾਨ ਨੇ ਸਰਹੰਦ ਤੋਂ 10 ਤੋਹਾਂ ਦੀ ਦੂਰੀ ਤੇ ਚੱਪੜਚਿੜੀ ਦੇ ਮੈਦਾਨ ਵਿੱਚ ਡੱਕਣ ਦੀ ਵਾਹ ਲਾਈ। ਇੱਕ ਪਾਸੇ ਦੇਸੀ ਹਥਿਆਰਾਂ, ਕਿਰਪਾਨਾਂ, ਬਰਛੀਆਂ ਤੇ ਕੁਹਾੜੀਆਂ ਵਾਲੇ ਮਸੀਂ 20,000, ਕੋਈ ਕੋਈ ਘੋੜ ਸਵਾਰ ਤੇ ਟਾਵੀ ਟਾਵੀ ਬੰਦੂਕ, ਦੂਜੇ ਪਾਸੇ ਬਹੁਤ ਕਾਰਗਰ ਹਥਿਆਰਾਂ ਨਾਲ ਲੈਸ ਵਜ਼ੀਰ ਖਾਨ ਦੇ 50,000 ਬਕਾਇਦਾ ਸਿਖਲਾਈ ਪ੍ਰਾਪਤ ਸਿਪਾਹੀ, ਘੋੜ ਸਵਾਰ, ਪਿਆਦੇ, ਬੰਦੂਕਾਂ ਅਤੇ ਤੋਪਾਂ, ਪਰ ਆਪਣੀ ਜਾਨ ਨੂੰ ਪਿਆਰ ਕਰਨ ਵਾਲੇ ਤੇ ਸਿਰਫ ਤਨਖਾਹਾਂ ਲਈ ਲੜਨ ਵਾਲੇ ਫੌਜੀ ਉਹਨਾਂ ਜਾਂਬਾਜ਼ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਜੋ ਆਪਣੇ ਦਸਮ ਪਾਤਸ਼ਾਹ ਲਈ ਲੜ ਰਹੇ ਸਨ, ਜਿਨ੍ਹਾਂ ਦੀਆਂ ਸੀਨਿਆਂ ਵਿੱਚ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੱਲ ਸੀ, ਜਿਨ੍ਹਾਂ ਦੀਆਂ ਆਂਦਰਾਂ ਨੂੰ ਦਸਮ ਪਾਤਸ਼ਾਹ ਦੇ ਹੋਏ ਘਾਤਕ ਵਾਰ ਨੇ ਕਮਾਨ ਦੀ ਤੰਗੀ ਵਾਂਗ ਖਿੱਚਿਆ ਹੋਇਆ ਸੀ। Ah!
ਉਹਨਾਂ ਵਿੱਚ ਧਮਾਸਾਨ ਲੜਾਈ ਹੋਈ। ਵਜ਼ੀਰ ਖਾਨ ਮੁਗਲ ਸਿਪਾਹੀਆਂ ਨਾਲ ਉਲਝੇ ਹੋਏ ਬੰਦਾ ਸਿੰਘ ਬਹਾਦਰ ਵੱਲ ਵਾਪਸ ਹਮਲਾ ਕਰਨ ਲਈ ਤੇਜ਼ੀ ਨਾਲ ਵਧਿਆ ਤੇ ਅਚਾਨਕ ਫਤਿਹ ਸਿੰਘ ਦੀ ਨਿਗਾਹ ਵਜ਼ੀਰ ਖਾਨ ਤੇ ਪਈ। ਫਤਿਹ ਸਿੰਘ ਨੇ ਘੋੜੇ ਦੀਆਂ ਰਕਾਬਾਂ ਵਿੱਚ ਖੜੇ ਹੋ ਕੇ ਦੋਹਾਂ ਹੱਥਾਂ ਨਾਲ ਵਜ਼ੀਰ ਖਾਨ ਤੇ ਇੰਨੇ ਰੋਹ ਤੇ ਸ਼ਕਤੀ ਨਾਲ ਵਾਰ ਕੀਤਾ ਕਿ ਉਸਦੀ ਤੇਗ ਵਜ਼ੀਰ ਖਾਨ ਦੇ ਸਿਰ ਅਤੇ ਛਾਤੀ ਨੂੰ ਚੀਰਦੀ ਹੋਈ ਦਰ ਨੂੰ ਦੁਫਾੜ ਕਰ ਗਈ। ਵਜ਼ੀਰ ਖਾਨ ਦੇ ਟਿਕਣ ਦੀ ਦੇਰ ਸੀ। ਸਰਹੰਦ ਦੀਆਂ ਫੌਜਾਂ ਦੇ ਜਿਵੇਂ ਸਾਹ ਸੱਤ ਹੀ ਮੁੜ ਗਏ। ਉਹਨਾਂ ਵਿੱਚ ਫਫੜਾ ਤਫੜੀ ਮਚ ਗਈ। ਖਾਲਸਾ ਫੌਜਾਂ ਹਰ ਦੀ ਰਵਾਨੀ ਨਾਲ ਸਰਹੰਦ ਵੱਲ ਚੱਲ ਪਈਆਂ। ਸਰਹੰਦ ਦੇ ਦਰਵਾਜ਼ੇ ਵੱਜਰ ਬੰਦ ਸਨ, ਕਿਲ੍ਹੇ ਉੱਪਰ ਤੋਪਾਂ ਬੀੜੀਆਂ ਹੋਈਆਂ ਸਨ, ਪਰ ਖਾਲਸਾ ਫੌਜਾਂ ਦੂਜੇ ਦਿਨ ਲੋਹੜੇ ਵੇਲੇ ਤੱਕ ਦਰਵਾਜ਼ੇ ਬੰਨ ਕੇ ਸਰਹੰਦ ਵਿੱਚ ਦਾਖਲ ਹੋ ਗਈਆਂ। ਵਜ਼ੀਰ ਖਾਨ ਦਾ ਪਰਿਵਾਰ ਤੇ ਅਹਿਲਦਾਰ ਮਹਿਲ ਛੱਡ ਕੇ ਚਲੇ ਗਏ। ਖਾਲਸਾ ਫੌਜਾਂ ਸਰਹੰਦ ਨੂੰ ਫਤਿਹ ਕਰਕੇ ਸ਼ਾਹੀ ਖਜ਼ਾਨੇ ਤੇ ਕਾਬਜ਼ ਹੋ ਗਈਆਂ। ਦੀਵਾਨ ਸੁੱਚਾਨੰਦ ਨੂੰ ਫੜ ਕੇ ਮੌਤ ਦੇ ਘਾਟ ਉਤਾਰਿਆ ਗਿਆ। ਲਹੂ ਵਿੱਚ ਲੱਥ-ਪੱਥ ਉਜੜੀ ਹੋਈ ਸਰਹੰਦ ਦੀ ਧਰਤੀ ਨੂੰ ਸੁੱਖ ਦਾ ਸਾਹ ਆਇਆ ਕਿ ਆਖਰਕਾਰ ਕਿਸੇ ਨੇ ਉਸਦੇ ਸੀਨੇ ਤੋਂ ਕੋਰ ਦੇ ਕਿਲੇ ਬਣਾ ਕੇ ਬੈਠੇ ਹੈ ਸਿਆਰੇ ਤੇ ਕਮੀਨੇ ਹਾਕਮਾਂ ਦਾ ਬੋਝ ਉਤਾਰਿਆ। ਸਰਹੰਦ ਦੀ ਧਰਤੀ ਨੂੰ ਯਾਦ ਸੀ ਕਿ ਉਹ ਮਾਸੂਮ ਸ਼ਹਾਦਤ ਦੇ ਦਿਨ ਬੇਸਦ ਹੋ ਕੇ ਮੇਰੀ ਹੀ ਗੋਦ ਵਿੱਚ ਡਿੱਗੇ ਸਨ। ਮੇਰੇ ਕਣ ਕਣ ਨੇ ਉਹਨਾਂ ਨੂੰ ਚੁੰਮਿਆ ਸੀ ਤੇ ਲਹੂ ਦੇ ਅਥਰੂ ਹੋਏ ਸੀ। ਉਹ ਕੱਲ੍ਹ ਦੀ ਗੱਲ ਨਹੀਂ, ਅੱਜ ਦੀ ਗੱਲ ਹੈ, ਹੁਣੇ ਦੀ। ਮੇਰੇ ਕਣ ਕਣ ਚੋਂ ਉਹ ਅਥਰੂ ਰੋਜ਼ ਸਿੰਦੇ ਨੇ ਤੇ ਸੱਚੀ ਦਰਗਾਹ ਦੇ ਦਿਲਾਂ ਤੇ ਅਰਦਾਸ ਕਰਦੇ ਨੇ। ਧਰਤੀ ਦੀ ਅਰਦਾਸ, ਰੁੱਖਾਂ ਬਿਰਖਾਂ ਦੀ ਅਰਦਾਸ, ਨਦੀਆਂ ਪੌਣਾਂ ਦੀ ਅਰਦਾਸ, ਸਭਨਾ ਜੀਆਂ ਦੀ ਅਰਦਾਸ। ਤਰਤ ਨਾ ਜਾਵੀ ਉਸ ਤੇ ਕੋਈ, ਕੂੜ ਦੇ ਕਿਲੇ ਵਸਾਵੇ ਪੌੜਾ ਹੇਠਾਂ, ਅਸਮਤ ਮਿੱਤੇ ਪਾਪ ਦੇ ਲਸ਼ਕਰ ਚਾੜੇ। ਤਰਤ ਤਾਂ ਚਾਹੁੰਦੀ ਰੁੱਖਾਂ ਚੋਂ ਮੇਰੇ ਲੋਕ ਬਣਾਉਣ ਰਬਾਵਾ, ਕਲਮਾ ਲਿਖਣ ਤੇ ਸੱਚ ਦੇ ਬੂਹਿਆਂ ਨੂੰ ਖੁੱਲਣ ਕਿਤਾਬਾਂ। ਅੱਗੇ ਨਾ ਜਾਵੇ ਸੱਚੇ ਕੋਲ, ਉੜਦੇ ਕਿਲੇ ਵਸਾਵੇ ਔੜਾ ਹੇ।